ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ ਦੋਸਤੋ, ਤੁਸੀਂ ਦੇਖਦੇ ਪਏ ਹੋ ਸਾਡਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਾਜ਼ਮ। ਜਿੱਦਾਂ ਕਿ ਮੈਂ ਵੀਰਾਂ ਲਈ ਕੋਸ਼ਿਸ਼ ਕਰਨਾ ਹਰ ਰੋਜ਼ ਬਿਹਤਰੀਨ ਔਰ ਅੱਛੀ ਵੀਡੀਓ ਲੈ ਕੇ ਹਾਜ਼ਰ ਹੋਵਾਂ। ਇਸੇ ਤਰੀਕੇ ਅੱਜ ਮਾਸ਼ਾਅੱਲਾ ਬੜਾ ਪਿਆਰਾ ਜਾਨਵਰ, ਬੜਾ ਲਾਜਵਾਬ ਜਾਨਵਰ ਦੋਸਤਾਂ ਵੀਰਾਂ ਵਾਸਤੇ ਲੈ ਕੇ ਹਾਜ਼ਰ ਹੋਇਆ। ਅਗਰ ਮੇਰੀ ਵੀਡੀਓ ਪਸੰਦ ਆਵੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਔਰ ਬੈਲ ਆਈਕੋਨ ਦੇ ਬਟਨ ਨੂੰ ਕਲਿੱਕ ਕਰਨਾ। ਕਹਿੰਦਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਵੀਰਾਂ ਦੋਸਤਾਂ ਤੱਕ ਬਾਤ ਸਾਰੀ ਨਾਲ ਪਹੁੰਚਦਾ ਰਹੇ। ਔਰ ਮੈਂ ਆਪਣੇ ਵੀਰਾਂ ਦੋਸਤਾਂ ਨੂੰ ਹਵਾ ਦਾ ਮਾਸ਼ਾਅੱਲਾ ਪਹਿਲਣ ਵੈੜ ਹੋ ਕੇ ਐਡਾ ਕੱਦ ਕਾਠ, ਐਡੀ ਲਾਮ, ਐਡਾ ਮਾਸ਼ਾਅੱਲਾ ਪ੍ਰਿੰਟ ਬਹੁਤ ਘੱਟ ਗਾਵਾਂ 'ਚ ਲੱਭਦਾ। ਛੋਟਾ ਛੋਟਾ ਸਿੰਘ ਜ਼ਰੂਰ ਹੈਗਾ, ਬਾਕੀ ਮਾਸ਼ਾਅੱਲਾ ਵੈੜੀ ਦੀ ਬੜੀ ਲਾਮ ਹੈ, ਬੜਾ ਕੱਦ ਕਾਠ ਹੈ, 5 ਫੁੱਟ ਕਮ ਤੋਂ ਕਮ ਦਾ ਕੱਦ ਹੋਣਾ ਕਰਮਾਲੀ ਦਾ ਮਾਸ਼ਾਅੱਲਾ। ਔਰ ਮੇਰੇ ਵੀਰ ਦੋਸਤ ਸਲੀਆਂ ਕਰ ਲੈਣ, ਪਹਿਲਣ ਹੋ ਕੇ ਐਡੇ ਕੱਦਾਂ ਕਾਠਾਂ ਵਾਲੀਆਂ, ਇੰਨੀ ਹਾਈਟ ਵਾਲੀਆਂ, ਇੰਨੀਆਂ ਲਾਮ ਵਾਲੀਆਂ ਬਹੁਤ ਘੱਟ ਗਾਵਾਂ ਹੁੰਦੀਆਂ ਨੇ। ਔਰ ਮੇਰੇ ਵੀਰ ਦੋਸਤ ਤਸੱਲੀ ਕਰਨ, ਕਿਸੇ ਕਿਸਮ ਦਾ ਕੋਈ ਡਾਊਟ ਨਹੀਂ ਰਹਿਣ ਦਿਆਗਾ ਵੀਰਾਂ ਦੋਸਤਾਂ ਨੂੰ। ਔਰ ਮੇਰੇ ਵੀਰ ਵੇਖ ਲੈਣ, ਮਾਸ਼ਾਅੱਲਾ ਕਰਮਾਲੀ ਨੇ ਦਿੱਤੀ ਵੀ ਵੱਛੀ ਹੈ, ਹਰ ਸਿਫਤ ਪੂਰੀ ਹੈ ਕਰਮਾਲੀ 'ਚ, ਲੈਣ ਦੇਣੇ ਨਸੀਬ ਹੁੰਦੇ ਨੇ। ਚੀਜ਼ ਵੀਰਾਂ ਵਾਸਤੇ, ਦੋਸਤਾਂ ਵਾਸਤੇ ਸੁਥਰੀ ਔਰ ਖਰੀ ਲੈ ਕੇ ਆਈਦੀਆਂ ਨੇ, ਮਿਹਨਤਾਂ ਕਰਕੇ ਏਰੀਆ ਫਿਰ ਕੇ ਸੋਹਣੇ ਸੁਥਰੇ ਜਾਨਵਰ ਲੈ ਕੇ ਆਈਦੇ ਨੇ। ਔਰ ਮੇਰੇ ਵੀਰਾਂ ਦੋਸਤਾਂ ਨੂੰ ਤਸੱਲੀਆਂ ਕਰਨੀਆਂ ਨੇ, ਮਾਸ਼ਾਅੱਲਾ ਮਗਰੋਂ ਮਸ਼ਕਾਂ ਲਾਈ ਫਿਰਦੀ ਹੈ, ਜਿਹਨੂੰ ਕਹਿੰਦੇ ਨੇ ਮਸ਼ਕਾਂ। ਔਰ ਅੱਗੋਂ ਮੇਰੇ ਵੀਰ ਤਸੱਲੀਆਂ ਕਰ ਲੈਣ, ਧੁੰਨੀ ਨਾਲ ਲਾਈ ਖਲੀ ਹੈ, ਇਹ ਮੇਰੇ ਵੀਰਾਂ ਦੋਸਤਾਂ ਦੀ ਨਜ਼ਰ ਦੇ ਸਾਹਮਣੇ ਔਰ ਮੁੱਠ ਮੁੱਠ ਦਾ ਥਾਣੇ ਗਿੱਠ ਗਿੱਠ ਦੇ ਬਿਰਲਾਂ ਦੇਣੇ। ਔਰ ਅੱਗੋਂ ਆ ਮੇਰੇ ਵੀਰ ਦੋਸਤ ਤਸੱਲੀਆਂ ਕਰ ਲੈਣ ਬਿਲਕੁਲ ਧੁੰਨੀ ਨਾਲ, ਔਰ ਪਿੱਛੋਂ ਪੱਟਾ 'ਚ ਬਾਹਰ ਕੱਢੀ ਫਿਰਦੀ ਹੈ। ਔਰ ਮੇਰੇ ਦੋਸਤਾਂ ਵੀਰਾਂ ਦੀ ਨਜ਼ਰ ਦੇ ਸਾਹਮਣੇ ਕੋਈ ਵੀ ਦੋਸਤਾਂ ਵੀਰਾਂ ਦੀ ਨਜ਼ਰ ਤੋਂ ਓਝਲ ਨਹੀਂ, ਲੈਣ ਦੇਣ ਦੇ ਨਸੀਬ ਹੁੰਦੇ ਨੇ। ਚੀਜ਼ ਦੋਸਤਾਂ ਵੀਰਾਂ ਵਾਸਤੇ ਖਰੀ ਔਰ ਸੁਥਰੀ ਲੈ ਕੇ ਆਈਦੀ ਹੈ, ਏਰੀਆ ਫਿਰ ਕੇ ਮਿਹਨਤਾਂ ਕਰੀਦੀਆਂ ਨੇ ਵੀਰਾਂ ਦੋਸਤਾਂ ਵਾਸਤੇ। ਔਰ ਸੋਹਣੇ ਸੁਥਰੇ ਜਾਨਵਰ ਦੋਸਤਾਂ ਵੀਰਾਂ ਵਾਸਤੇ ਲੈ ਕੇ ਹਾਜ਼ਰ ਹੋਈਦੇ ਨੇ। ਔਰ ਦੋਸਤੋ ਮਗਰ ਵੀ ਵੱਛੀਏ, ਵਹਿਰ 'ਚ ਸਾਰੇ ਆਹ ਹੀ ਪੂਰੇ ਨੇ ਕਰਮਾਲੀ ਦੇ, ਬੜਾ ਸੋਹਣਾ ਸੁਥਰਾ ਜਾਨਵਰ, ਬੜਾ ਪਿਆਰਾ ਜਾਨਵਰ। ਔਰ ਮੇਰੇ ਵੀਰ ਟੁਰਨ ਫਿਰਨ ਨੂੰ ਵੇਖ ਲੈਣ, 16 ਨੇ, ਕੋਈ ਲੱਤ 'ਚ ਘਾਟਾ ਵਾਧਾ ਨਹੀਂ, ਕੋਈ ਸਰਨ ਨਹੀਂ, ਕੋਈ ਵਾਹ ਨਹੀਂ, ਬੜਾ ਪਿਆਰਾ ਜਾਨਵਰ ਹੈ। ਇਹ ਮੇਰੇ ਵੀਰ ਵੇਖ ਲੈਣ, ਅਗਲੇ ਪਾਸੇ ਭਾਈ ਵਾਲਾ ਯਾਰ ਟੁਰਿਆ ਜਾਂਦਾ ਹੈ ਅਤੇ ਭਾਈ ਵਾਲਾ ਯਾਰ ਨਾਲ ਉੱਚੀ ਲੱਗੀ ਜਾਂਦੀ ਹੈ। ਇਹ ਮੇਰੇ ਵੀਰ ਦੋਸਤ ਤਸੱਲੀਆਂ ਕਰ ਲੈਣ, ਵਾਧਿਆ ਵੇਖ ਲੈਣ ਕਿ ਭਾਈ ਵਾਲਾ ਯਾਰ ਨੀਵੇਂ ਅਤੇ ਗਾਂ ਉੱਚੀ ਹੈ, ਮਾਸ਼ਾਅੱਲਾ ਇੰਨਾ ਕੱਦ ਕਾਠ ਹੈ, ਇੰਨੀ ਲਾਮ ਹੈ। ਔਰ ਮਾਸ਼ਾਅੱਲਾ ਮੇਰੇ ਵੀਰ ਪੁੱਠੇ ਵੇਖ ਲੈਣ, ਮੱਝਾਂ ਤਰ੍ਹਾਂ ਪੁੱਠੇ ਚੋੜੇ ਕਰਮਾਲੀ ਦੇ, ਔਰ ਮੱਝਾਂ ਤਰ੍ਹਾਂ ਹੀ ਲੱਤ ਮੋਟੀ, ਔਰ ਮਾਸ਼ਾਅੱਲਾ ਪਿੰਡਾਂ ਵੀ ਹਰ ਗੱਲ ਪੱਜਾ ਤਰ੍ਹਾਂ ਮਾਸ਼ਾਅੱਲਾ, ਔਰ ਥਣ ਹਵਾਨਾ ਵੀ ਮੱਝਾਂ ਵਾਲਾ ਟੁਰੋ ਜੀ। ਔਰ ਇਹ ਮੇਰੇ ਵੀਰ ਤਸੱਲੀਆਂ ਕਰ ਲੈਣ, ਲੱਤਾਂ ਖਿਲਾਰ ਖਿਲਾਰ ਕੇ ਟੁਰੀ ਫਿਰਦੀ ਹੈ। ਔਰ ਇਹ ਮੇਰੇ ਵੀਰ ਵੇਖ ਲੈਣ, ਇੰਨਾ ਘੋੜੇ ਦਾ ਕੱਦ ਨਹੀਂ ਹੁੰਦਾ ਜਿੰਨਾ ਕਰਮਾਲੀ ਦਾ, ਪੁੱਠ ਜਿੰਨਾ ਕੱਦ ਹੈ ਮਾਸ਼ਾਅੱਲਾ ਗਾਂ ਦਾ। ਇਹ ਮੇਰੇ ਦੋਸਤ ਵੀਰ ਤਸੱਲੀਆਂ ਕਰ ਲੈਣ, ਕਿਸੇ ਕਿਸਮ ਦਾ ਕੋਈ ਡਾਊਟ ਨਹੀਂ ਵੀਰਾਂ ਦੋਸਤਾਂ ਰਹਿਣ ਦਿਆਗੇ। ਆਹ ਤਸੱਲੀਆਂ ਕਰ ਲੈ ਮੇਰੇ ਵੀਰ, ਪਰਲੇ ਪਾਸੇ ਬੰਦਾ ਜਾਂਦਾ ਨਹੀਂ ਦਿਸਦਾ ਪਿਆ, ਇੰਨਾ ਕੱਦ ਕਾਠ ਹੈ, ਭਾਈ ਅਲਾਦੀਨ ਦਾ ਬੜਾ ਕੱਦ ਹੈ, ਔਰ ਉਹਦੇ ਵੀ ਮਾਸ਼ਾਅੱਲਾ ਹੈ, ਮੋਢੇ ਤੋਂ ਲੰਘੀ ਖਲੀ ਹੈ, ਇੰਨਾ ਕੱਦ ਕਾਠ ਹੈ ਕਰਮਾਲੀ ਦਾ, ਇੰਨੀ ਲਾਮ ਹੈ, ਬੜਾ ਪਿਆਰਾ ਜਾਨਵਰ ਹੈ। ਔਰ ਪਹਿਲਣ ਹੋ ਕੇ ਇੰਨੇ ਕੱਦ ਕਾਠ, ਇੰਨੀਆਂ ਲਾਮਾਂ ਬਹੁਤ ਘੱਟ ਜਾਨਵਰਾਂ 'ਚ ਹੁੰਦੀਆਂ ਨੇ। ਔਰ ਮੇਰੇ ਵੀਰਾਂ ਦੋਸਤਾਂ ਤਸੱਲੀਆਂ ਕਰਨੀਆਂ ਨੇ, ਮੇਰੇ ਵੀਰ ਕਹਿੰਦੇ ਨੇ ਕਿ ਯਾਰ ਭਾਈ ਨਾਜ਼ਮ ਤੂੰ ਬੋਲਦਾ ਬੜਾ, ਲੇਕਿਨ ਜਿਹੜੀ ਚੀਜ਼ ਹੋਵੇ ਆਪ ਖੁਦ ਬੁਲਾ ਲੈਂਦੀ ਹੈ, ਔਰ ਇਹ ਤਰੀਫਾ ਬਹੁਤ ਕਰਨਾ, ਤਰੀਫ ਨਹੀਂ ਹੁੰਦੀ। ਜਿਹੜੀ ਚੀਜ਼ ਚੰਗੀ ਹੋਵੇ ਉਹਦੀ ਹਰ ਇੱਕ ਗੱਲਬਾਤ ਜਿਹੜੀ ਹੈ ਉਹ ਆਪਣਾ ਅੰਗ ਅੰਗ ਜਿਹੜਾ ਦੱਸਣਾ ਚਾਹੀਦਾ ਵੀਰਾਂ ਦੋਸਤਾਂ ਨੂੰ ਕਿ ਸਮਝ ਆਵੇ ਕਿ ਕੀ ਚੀਜ਼ ਹੈ। ਪਹਿਲਣ ਹੋ ਕੇ ਇੰਨੇ ਕੱਦ ਕਾਠ ਬਹੁਤ ਘੱਟ ਹੁੰਦੇ ਨੇ, ਔਰ ਪਿਓ ਚੁਲਸਤਾਨੀ ਦੇ ਫਰੀਜ਼ੀਆਂ ਨੇ, ਔਰ ਪੁੱਠੇ ਵੀ ਦੋਸਤਾਂ ਵੀਰਾਂ ਨੂੰ ਹਾਤੇ ਨੇ, ਮੱਝਾਂ ਤਰ੍ਹਾਂ ਪੁੱਠੇ ਚੋੜੇ ਨੇ ਕਰਮਾਲੀ ਦੇ, ਔਰ ਉੱਪਰੋਂ ਬਿਲਕੁਲ ਪੱਧਰ ਪਈ ਹੈ ਮਾਸ਼ਾਅੱਲਾ। ਔਰ ਮਗਰ ਵੀ ਵੱਛੀਏ, ਬਾਕੀ ਬੱਚਾ ਲਾ ਕੇ ਥਣ ਵੀ ਪਾਸ ਕਰਾ ਦਿਓ ਦੋਸਤੋ, ਬਾਕੀ ਹਰ ਗੱਲਬਾਤ ਜਿਹੜੀ ਹੈ ਉਹ ਭਾਈ ਵਾਲਾ ਯਾਰ ਤੋਂ ਵੀ ਪੁੱਛ ਲਾਂਗੇ। ਔਰ ਜੇਰ ਪਾ ਲਈਏ, ਇਹ ਮੇਰੇ ਵੀਰ ਵੇਖ ਲੈਣ, ਵਾਧਿਆ ਜੇਰ ਪਾਈ ਪਈ ਹੈ, ਸਾਰੀ ਜੇਰ ਪਾ ਲਈ ਸੋ। ਔਰ ਬਾਕੀ ਜਿਹੜਾ ਇਹ ਵੱਛੀ ਦਿੱਤੀ ਸੋ ਕਰਮਾਲੀ ਨੇ, ਇੱਕ ਦੀਆਂ 2 ਗਾਵਾਂ ਨੇ, ਲੈਣ ਦੇਣੇ ਨਸੀਬ ਨੇ। ਚੀਜ਼ ਹਮੇਸ਼ਾ ਤੋਂ ਵੀਰਾਂ ਦੋਸਤਾਂ ਵਾਸਤੇ ਖਰੀ ਔਰ ਸੁਥਰੀ ਲੈ ਕੇ ਆਈ ਦੀ ਹੈ। ਔਰ ਮੇਰੇ ਵੀਰ ਦੋਸਤ ਤਸੱਲੀਆਂ ਕਰ ਲੈਣ, ਮਾਸ਼ਾਅੱਲਾ ਆਹ ਮੇਰੇ ਵੀਰ ਵੇਖ ਲੈਣ, ਬੜਾ ਸੀਲ ਸਾਊ ਜਾਨਵਰ ਮਾਸ਼ਾਅੱਲਾ, ਬੜਾ ਪਿਆਰਾ ਜਾਨਵਰ, ਬੜਾ ਲਾਜਵਾਬ। ਔਰ ਪਹਿਲਣ ਹੋ ਕੇ ਇੰਨਾ ਸੀਲਤਾਂ, ਇੰਨੀਆਂ ਮਾਸ਼ਾਅੱਲਾ ਸਦਾਕਤਾਂ ਬਹੁਤ ਘੱਟ ਜਾਨਵਰ 'ਚ ਹੁੰਦੀਆਂ ਨੇ। ਇੰਨੀਆਂ ਡੰਗਾ ਪਾ ਕੇ ਵਿਖਾ, ਆਹ ਡੰਗਾ ਪਾ ਕੇ ਵਿਖਾ ਦਿਓ, ਇੰਨੀਆਂ ਸ਼ਰਾਫਤਾਂ, ਇੰਨੀਆਂ ਸੀਲ ਸਾਊ ਬਹੁਤ ਘੱਟ ਜਾਨਵਰਾਂ 'ਚ ਹੁੰਦੀਆਂ ਨੇ। ਪਹਿਲਣ ਹੋ ਕੇ ਬੜੀਆਂ ਸ਼ਰਾਫਤਾਂ, ਬੜੀ ਸੀਲ ਸਾਊ ਮਾਸ਼ਾਅੱਲਾ, ਔਰ ਬੜੀਆਂ ਸੀਲਤਾਂ। ਇਹ ਮੇਰੇ ਵੀਰ ਵੇਖ ਲੈਣ ਮਾਸ਼ਾਅੱਲਾ, ਥੋੜ੍ਹਾ ਡੋਲੂ ਪਕੜ ਲਾਈ ਯਾਰ, ਆਹ ਡੋਲੂ ਪਕੜਾ ਦਿਓ, ਆਹ ਡੱਬੇ 'ਚ ਇੱਕ ਮਿੰਟ, ਆਹ ਡੱਬਾ ਫੜਾਇਆ, ਆਹ ਡੱਬਾ ਫੜਾਇਆ, ਥੱਲੇ ਨਾ ਮਾਰ, ਇਹ ਫੜ ਲਓ ਮਾਸ਼ਾਅੱਲਾ, ਬੱਚੀ ਅੱਗੇ ਰਜਾਈਏ। ਇਹ ਮੇਰੇ ਵੀਰ ਵੇਖ ਲੈਣ ਮਾਸ਼ਾਅੱਲਾ ਮਾਸ਼ਾਅੱਲਾ, ਇਹ ਮੇਰੇ ਵੀਰ ਤਸੱਲੀਆਂ ਕਰ ਲੈਣ, ਨਾ ਛੱਟੇ ਨਾ ਫੁਆਰੇ, ਬੜਾ ਪਿਆਰਾ ਜਾਨਵਰ ਮਾਸ਼ਾਅੱਲਾ।
ਇਹ ਮੇਰੇ ਵੀਰ ਦੂਸਰੇ ਥਾਂ ਦੀ ਵੇਖ ਲੈਣ, ਨਾ ਛੱਟ ਨਾ ਫੁਹਾਰ, ਬੜਾ ਪਿਆਰਾ ਚਵਾ ਕਰਮਾ ਲਈ ਦਾ। ਇਹ ਤੀਸਰੇ ਦੀ ਵੇਖ ਲੈਣ, ਮਾਸ਼ਾਲਾ ਬੜੀ ਮੋਟੀ ਧਾਰ ਕਰਮਾ ਲਈ ਦੀ, ਬੜਾ ਸੀਰ ਸਾਹ ਜਾਨਵਰ। ਇਹ ਚੱਲ ਇਹ ਤਸੱਲੀਆਂ ਕਰਾਵਾਂਗਾ ਦੋਸਤਾਂ ਵੀਰਾਂ ਨੂੰ, ਕਿਸੇ ਕਿਸਮ ਦਾ ਕੋਈ ਡਾਊਟ ਨਹੀਂ ਰਹਿਣ ਦਿਆ। ਲੈਣ ਦੇਣੇ ਨਸੀਬ ਨੇ, ਚੀਜ਼ ਹਮੇਸ਼ਾ ਤੋਂ ਦੋਸਤਾਂ ਵੀਰਾਂ ਵਾਸਤੇ ਸੁਥਰੀ ਔਰ ਖਰੀ ਲੈ ਕੇ ਆਈ ਦੀ ਹੈ। ਇਹ ਮੇਰੇ ਵੀਰ ਤਸੱਲੀਆਂ ਕਰ ਲੈਣ ਮਾਸ਼ਾਅੱਲਾ। ਚਲੋ ਇਹ ਮੇਰੇ ਵੀਰ ਵੇਖ ਲੈਣ, ਬਾਕੀ ਹਰ ਗੱਲਬਾਤ ਜਿਹੜੀ ਹੈ ਉਹ ਭਾਈ ਅਲਾ ਯਾਰ ਤੋਂ ਪੁੱਛ ਲਾਂਗੇ, ਜੋ ਵੀ ਸੂਰਤ ਹਾਲ ਹੈ। ਆ ਜਾਓ ਜੀ ਭਾਈ ਅਲਾ ਯਾਰ। ਔਰ ਦੋਸਤੋ ਮਗਰ ਵੀ ਵੱਛੀ ਮਾਸ਼ਾਅੱਲਾ, ਵੱਛੀ ਵੀ ਬੜੀ ਪਿਆਰੀ ਦਿੱਤੀ ਸੋ, ਆਪਦੇ ਨਾਲੋਂ ਪਿਆਰੀ ਵੱਛੀ ਦਿੱਤੀ ਸੋ ਮਾਸ਼ਾਅੱਲਾ। ਜਾਨਵਰ ਖਰਾ ਦੇਣਾ, ਚੜਦਾ ਸੇਲ ਹੋ ਜਾਂਦਾ, ਤੇ ਤੈਨੂੰ ਰਿਕੁਐਸਟ ਵੀ ਇਹੀ ਕਰੀ ਦੀ ਕਿ ਵੀ ਚੀਜ਼ ਸੁਥਰੀ ਲਿਆ, ਖੜਕਾ ਕੇ ਲਿਆ ਜਾਏਗਾ, ਵੀ ਖੜਕਾ ਕੇ ਦੇ। ਨਾਜ਼ਮ ਭਾਈ ਹਰ ਬੰਦੇ ਨੇ ਕਦਰ ਉਸਲੇ ਅਗਲਾ ਕਰਦਾ ਜਿਸ ਲਈ ਅਗਲੇ ਨੂੰ ਵੇਖ ਲੈਂਦਾ, ਵੇਖ ਲੈਂਦਾ। ਬਿਲਕੁਲ ਬਿਲਕੁਲ, ਇਨਸ਼ਾਅੱਲਾ ਆਪਾਂ ਚੀਜ਼ ਹੀ ਉਹ ਲਿਆਈਦੀ ਕਿ ਬੰਦੇ ਇਤਮਾਦ ਕਰਨ, ਇਤਮਾਦ ਕਰਨ। ਬਿਲਕੁਲ, ਇੱਕ ਬੰਦੇ ਨਾਲ ਬੰਦਾ ਇੱਕ ਵਾਰੀ ਕਰ ਲਵੇ, ਉਹ ਸਾਰੀ ਉਮਰ ਬਦਵਾਵਾ ਦਿੰਦਾ। ਕਰਦਾ ਬੰਦਾ ਇੱਕ ਵਾਰੀ ਤੇ ਸਾਰੀ ਉਮਰ ਬਦਵਾਵਾ ਲੈਂਦਾ। ਉਹਦੇ ਨਾਲ ਬਿਹਤਰ ਇਹ ਵੀ ਖੜਕਾ ਤੇ ਡੰਗਰ ਲਿਆਓ ਤੇ ਖੜਕਾ ਦੇਵੇ, ਆਦੀ ਮਜ਼ਦੂਰੀ ਲਓ, ਮਜ਼ਦੂਰੀ ਲਓ ਜੀ, ਇਹ ਸ਼ਾਦੀ ਬਣਦੀ ਹੈ। ਅੱਲਾ ਤੋਂ ਮਜ਼ਦੂਰੀ ਮੰਗੀਏ ਤੇ ਕੰਮ ਇੱਕ ਨੰਬਰ ਕਰ, ਇੱਕ ਨੰਬਰ ਥਾਣੇ ਆਪਣੇ ਦੰਦ ਵਹਾ ਦੀ। ਉਹ ਵੀ ਵੀਰਾਂ ਨੂੰ ਤਸੱਲੀ ਕਰਾ ਦਈਏ, ਮੂੰਹ ਚੋਂ ਚਾਰ ਦੰਦ ਦੇ ਕੇ। ਆ ਵੇਲੋ ਜੀ, ਇਹਦੇ ਛਿੱਗੀ ਵਾਲੇ ਦੰਦ ਗੱਡੀਆਂ ਦੀ, ਇਹ ਮੇਰੇ ਵੀਰ ਸਾਈਡ ਵਾਲੇ, ਇਹ ਮੇਰੇ ਵੀਰ ਤਸੱਲੀਆਂ ਕਰ ਲੈਣ, ਦੋ ਦੰਦ ਜਿਹੜੇ ਸਾਈਡ ਤੇ ਉਵੇਂ ਛੋਟੇ ਪਏ ਨੇ। ਔਰ ਆ ਜਾਓ ਜੀ। ਅੱਛਾ ਭਾਈ ਵਾਲਾ ਯਾਰ, ਇਹ ਦੱਸਣਾ ਹੈ ਕਹਿੰਦਾ ਸੁਬਾ ਓਰੀਜਨਲ ਕਿੰਨਾ ਜੈਨੂਇਨ ਪੈਲਣ ਜੀ, ਜੈਨੂਇਨ ਪੈਲਣ ਠੀਕ ਹੋ ਗਿਆ ਹਾਂਜੀ। ਤੇ ਆਪਣਾ ਇਹਦੀ ਨਸਲ ਜ਼ਾਤ ਕੀ? ਇਹ ਜੀ ਮਾਸ਼ਾਅੱਲਾ ਚੁਲਸਤਾਨੀ ਫਰੀਜ਼ਨ ਹੈ, ਚੁਲਸਤਾਨੀ ਫਰੀਜ਼ਨ ਤੇ ਆਟੇ ਵੈੜ ਨੂੰ ਅੱਲਾ ਨੇ ਕੱਦ ਵੇਖੋ ਜੀ ਕਿਤਨਾ ਲਾਇਆ, ਮਾਸ਼ਾਅੱਲਾ ਮਾਸ਼ਾਅੱਲਾ, ਪਹਿਲਨ ਹੋ ਕੇ ਬੜਾ ਕੱਦ ਕਾਠ ਕਰਮਾ ਲਈ ਦਾ, ਪਹਿਲਨ ਹੋ ਕੇ। ਅੱਛਾ ਠੀਕ ਹੋ ਗਿਆ ਭਾਈ ਵਾਲਾ ਯਾਰ, ਬਾਕੀ ਥਣਾਂ ਨੂੰ ਆਪਾਂ ਚੈੱਕ ਕਰਾਤਾ, ਫਿਰ ਵੀ ਥਣਾਂ ਦੀ ਪਿੱਛੇ ਦੀ ਜੇਰ ਵੀ ਵਹਾਤੀ ਕਰਮਾ ਲਈ ਨੇ ਪਾ ਲਈ। ਨਾਜ਼ਮ ਭਾਈ ਵੇਖੋ ਹਾਂਜੀ, ਕਿ ਆਪਣੇ ਅੱਲਾ ਦਾ ਸ਼ੁਕਰ ਹੈ, ਜਿੱਤੀਆਂ ਪਾਰਟੀਆਂ ਜਾਂ ਉੱਤੇ ਆਈਆਂ ਨੇ, ਉੱਤੇ ਆਈਆਂ ਨੇ। ਠੀਕ ਹੈ, ਜਦੋਂ ਆਪਾਂ ਡੰਗਰ ਚੈੱਕ ਕਰਾ ਤੇ ਦੇਣਾ ਤੇ ਮੋ ਡੰਗਰ ਨੂੰ ਮੈਂ ਤੰਗੀ ਕਦੇ ਨਹੀਂ ਦਿੱਤੀ, ਨਹੀਂ ਇਹ ਰਾਤੀ। ਨਾਜ਼ਮ ਭਾਈ 2 ਵਜੇ ਸੂ ਪਈ ਸੀ, ਠੀਕ ਹੋ ਗਿਆ। ਮੈਂ ਸੁਬਹ 6 ਵਜੇ ਇਹਦਾ 7 ਕਿਲੋ ਬਾਲਾ ਕੱਢਦਾ ਸੀ, ਬੱਚੇ ਨੂੰ ਵੀ ਰਜਾਦਾ ਸੀ, ਹੁਣ ਵੀ ਵੇਖ ਲਓ ਮਾਸ਼ਾਅੱਲਾ ਬੱਚਾ ਚੁੰਗੀ ਜਾਂਦਾ। ਠੀਕ ਹੈ, ਲੇਕਿਨ ਹੁਣ ਇਹ ਆਪਾਂ ਤੁਹਾਨੂੰ ਚੈੱਕ ਕਰਾ ਦਈਏ। ਹਾਂ ਬਿਲਕੁਲ, ਵੈਰ ਇਸ ਨਸਲ ਦੀ ਗਰੰਟੀ ਤਾਂ ਦੇਣ ਦੀ ਲੋੜ ਹੀ ਨਹੀਂ ਹੁੰਦੀ, ਨਹੀਂ ਹੁੰਦੀ ਜਿਹੜੀ ਇਹ ਨਸਲ ਹੈ, ਇਹ ਗਰੰਟੀਆਂ ਆਪ ਹੀ ਹੁੰਦੀਆਂ ਨੇ ਮਾਸ਼ਾਅੱਲਾ। ਬਿਲਕੁਲ ਬਿਲਕੁਲ, ਹੁਣ ਫਿਰ ਵੀ ਅੰਦਾਜ਼ਨ ਕਿੰਨਾ ਕੁ ਦੁੱਧ ਕਰੇਗੀ? ਮੇਰੇ ਅੰਦਾਜ਼ੇ ਨਾਲ ਮਾਸ਼ਾਅੱਲਾ ਜਿਵੇਂ ਇਹਦਾ ਕੱਦ ਸ਼ਾਨ ਹੈ, ਇਹ ਵੈਰ ਨੂੰ ਕਮ ਸੋ ਕਮ ਪਹਿਲਾ ਸੂਹਾ 22-24 ਲੀਟਰ ਦੁੱਧ ਦੇਣਾ ਚਾਹੀਦਾ, 22-24 ਲੀਟਰ ਪਹਿਲੇ ਸੂਹੇ ਦੇ, ਪਹਿਲੇ ਸੂਹੇ ਦੇ ਦੀ ਇਨਸ਼ਾਅੱਲਾ ਜੀ। ਠੀਕ ਹੋ ਗਿਆ। ਤੇ ਭਾਈ ਵਾਲਾ ਯਾਰ, ਗੱਲਾਂ ਜਿਵੇਂ ਪਹਿਲਾਂ ਕਰਨਾ ਨਾ ਖਰੀਆਂ ਜੀਆਂ ਤੇ ਸੁਥਰੀਆਂ ਜੀਆਂ, ਇਵੇਂ ਇਹ ਵੀ ਗੱਲ ਜੈਨਮਨ ਕਰ ਦੇਣੀ ਹੈ ਕਿ ਦੁੱਧ ਆਪਣਾ ਰੇਟ ਜਿਹੜਾ ਉਹ ਪਿਆਰ ਮੁਹੱਬਤ ਵਾਲਾ ਕਰਨਾ ਜਿਵੇਂ ਪਹਿਲਾਂ ਕਰਨਾ। ਨਾਜ਼ਮ ਭਾਈ ਸੁਣ ਲਓ, ਮਾਸ਼ਾਅੱਲਾ ਮੇਰੀ ਗਾਂ ਵੇਖ ਲਓ, ਏਡੇ ਏਡੀ ਗਾਵਾਂ ਦੇ ਲੋਕ 5-5 ਲੱਖ ਮੁੱਲ ਕੀਤੀ ਜਾਂਦੇ ਨੇ ਜੀ। ਬਿਲਕੁਲ, ਗਾਂ ਨੂੰ ਦਵਾਨਾ ਵੇਖ ਲਓ, ਉਹ ਮੈਂ ਚੋਈਏ 2 ਵਜੇ ਰਾਤੀ ਸੂ ਪੀ ਸੀ ਮੈਂ ਸੁਬਹ। ਬਿਲਕੁਲ, ਮੈਂ ਤੈਨੂੰ ਕਿਹਾ ਸੀ 6 ਵਜੇ ਚੋਲ ਹੈ ਤੇ ਇਨਸ਼ਾਅੱਲਾ, ਕਿਉਂਕਿ ਇਸ ਨਸਲ ਦੀ ਗਰੰਟੀ ਦੇਣ ਦੀ ਲੋੜ ਹੀ ਨਹੀਂ। ਬਿਲਕੁਲ, ਜਿਹੜਾ ਇਹ ਚੀਜ਼ ਨੂੰ ਸਮਝਦਾ ਹਾਂ। ਤੇ ਇਹਦਾ ਜੀ ਰੇਟ ਇਨਸ਼ਾਅੱਲਾ ਇੰਡੀਆ ਗਾਵਾਂ ਦੇ ਰੇਟ ਤਾਂ ਹੋਰ ਹੀ ਲੋਕ ਕਰਦੇ ਨੇ, ਬਿਲਕੁਲ, ਲੇਕਿਨ ਆਪਾਂ ਉਹ ਵੀ ਜਿਹੜਾ ਪਾਈਆ ਆਟਾ ਕਮਾਵਣਾ, ਆਟਾ। ਠੀਕ ਹੈ, ਇਹ ਜੀ 3,20,000 ਰੁਪਈਆ 3,20,000 ਰੁਪਈਆ ਚੋਂ ਵੀ ਕੋਈ ਕਮੀ ਪੇਸ਼ੀ ਕਰਦੇ। ਨਾਜ਼ਮ ਭਾਈ ਮਾਸ਼ਾਅੱਲਾ ਇਸ ਨਸਲ ਦੀ ਤਾਂ ਗਾਂ ਹੀ ਨਹੀਂ ਨਹਾਉਂਦੀ, ਇਹ 2 ਨੇ। ਬਿਲਕੁਲ 2 ਨੇ, ਮਗਰ ਵੱਛੀ ਵੇਖ ਲਓ ਮਾਸ਼ਾਅੱਲਾ। ਬਿਲਕੁਲ ਮਾਸ਼ਾਅੱਲਾ, ਵੱਛੀ ਚੰਗੀ ਵੇਲ ਵਾਲੀ ਦੇਖੀ ਚੱਕਰ ਵਾਲੀ ਨੇ, ਤੇ ਫਿਰ ਵੀ ਇਹਦੇ 'ਚ ਯਾਰ ਕੋਈ ਮੁਹੱਬਤਾਂ ਕਰਦੇ। ਨਾਜ਼ਮ ਇਨਸ਼ਾਅੱਲਾ ਪਾਰਟੀ ਉੱਤੇ ਕੋ ਆਈ ਤਾਂ ਮੁਹੱਬਤ ਹੀ ਕਰ ਸਕਦਾ, ਲੇਕਿਨ ਮੇਰੀ ਗਾਂ ਵੇਖ ਲਓ ਜੀ, ਬਿਲਕੁਲ 2 ਗਾਵਾਂ ਨੇ, 1 ਨੇ ਜੀ। ਬਿਲਕੁਲ ਮਾਸ਼ਾਅੱਲਾ, ਤੇ ਗਾਂ ਦੀ ਕੱਦ ਸ਼ਾਨ ਵੇਖ ਲਵੋ। ਬਿਲਕੁਲ ਜੀ, 1 ਨੰਬਰ ਚੀਜ਼ ਹੈ ਤੇ ਤੁਹਾਡੇ ਨਾਲ ਜਾਇਜ਼ ਜਾਈ ਮੁੱਲ ਕੀਤਾ। ਚਲੋ ਇਹਦੇ 'ਚ ਕੋਈ ਮਮਤਾ ਹੋਣਗੀਆਂ ਭਾਈ ਵੀਰਾਂ ਨਾਲ, 3-3-15 'ਚ ਵੀ ਮਮਤਾ ਹੋ, ਬਸ ਇਹ ਤਾਂ ਹੁਣ ਕਦਰ ਹੀ ਕਰਨਾ ਹੈ, ਬਸ ਨਹੀਂ ਆਇਆ ਭਰਾਵਾਂ ਦੀ ਕਦਰ। ਬਸ ਭਾਈ ਯਾਰ, ਤੇਰੇ ਭਾਈ ਤੇਰੀਆਂ ਤਾਰੀਫਾਂ ਕਰਦੇ ਨੇ ਜਿੰਨਾ ਵੀ ਜਾਨਵਰ ਲਿਆ। ਇਨਸ਼ਾਅੱਲਾ ਅੱਲਾ ਦਾ ਸ਼ੁਕਰ ਹੈ ਕਿ ਅਗਾਂ ਵੀ ਹੋਣੀਆਂ ਚਾਹੀਦੀਆਂ ਨੇ, ਨਾ ਤਾਂ ਮੇਰੇ ਰੱਬ ਦੀ ਹੈ
ਮੈਂ ਕਦੇ ਨਹੀਂ ਤੁਹਾਨੂੰ ਮੂੰਹ ਤੇ ਵੀ ਆਖਿਆ, ਲੇਕਿਨ ਬੰਦੇ ਕਹਿੰਦੇ ਨੇ ਕਿ ਵਾਕਿਆ ਯਾਰ ਯਾਰ ਕੋਲ ਜਾਓ ਯਾਰ ਜਾਨਵਰ ਸਾਨੂੰ ਦੇ। ਨਾਜ਼ਮ ਭਾਈ ਅਲਹਮਦੁਲਿਲਾ ਮਾਹ ਰਮਜ਼ਾਨ ਦਾ ਆਖਰੀ ਜੁਮਾ ਹੈ, ਦੂਜਾ ਰੋਜ਼ਾ ਹੈ, ਰੋਜ਼ਾ ਹੈ ਬਿਲਕੁਲ। ਲੇਕਿਨ ਇਹ ਮੈਂ ਪੱਕੀ ਗੱਲ ਤੁਹਾਡੇ ਨਾਲ ਕਰਦਾ ਪਿਆ ਵੀ ਜਿਹੜੀ ਪਾਰਟੀ ਆਈ ਹੈ ਜੇ ਕੋਈ ਗਾਹ ਛੱਡ ਤੇ ਗਿਆ ਤਾਂ ਮੈਨੂੰ ਦੱਸ। ਨਹੀਂ ਗਿਆ, ਐਵੇਂ ਗੱਲ ਹੈ, ਗੱਲਾਂ ਨਾਲ ਹਰ ਬੰਦਾ ਹੀ ਆਉਂਦਾ, ਗੱਲਾਂ ਨਾਲ ਹਰ ਬੰਦਾ ਹੀ ਆਉਂਦਾ। ਬਾਕੀ ਮੈਂ ਇੱਜ਼ਤ ਮੇਰੇ ਮਾਲਕ ਨੇ ਆਪਦੇ ਹਬੀਬ ਦੇ ਸਦਕੇ ਦੇ, ਅੱਲਾ ਨੇ ਦਿੱਤੀ, ਸ਼ੁਕਰ ਅੱਲਾ ਦੇ, ਸ਼ੁਕਰ ਅੱਲਾ ਮਾਲਕ, ਉਹ ਮੇਰੇ ਮਾਲਕ ਦੇ ਹਵਾਲੇ। ਤੇ ਬਾਕੀ ਕੋਸ਼ਿਸ਼ ਕਰ ਸਕਦੇ ਆ ਕਿ ਜਾਨਵਰ ਸੁਥਰਾ ਔਰ ਖਰਾ ਦੇਈਏ, ਬਾਕੀ ਲੈਣ ਵਾਲੇ ਦੇ ਨਸੀਬ ਔਰ ਵੇਚਣ ਵਾਲੇ ਦੇ ਨਸੀਬ। ਇਹ ਮੈਂ ਅਕਸਰ ਵੀਰਾਂ ਨੂੰ ਕਹਿੰਦਾ ਕਿ ਇਨਸ਼ਾਲਾ ਪਹਿਲਾਂ ਨੇ ਅੱਗੇ ਨਾ ਚਵਾਈਆਂ ਕੋਈ ਨਹੀਂ ਕੀਤੀਆਂ, ਔਰ ਇਹ ਜਿਹੜਾ ਅੱਜ ਹੀ ਸੂਈ ਹੈ 7 ਲੀਟਰ ਬੈਲ ਪਹਿਲਾਂ ਬੋਲਾ ਕੱਢਿਆ, ਮੁਕੰਮਲ ਚੁਆਈ ਨਹੀਂ ਕੀਤੀ ਔਰ ਮੁਕੰਮਲ ਚੁਆਈ ਹੋਣ ਕਰਨਗੇ। ਅਤੇ ਬਾਕੀ ਇਹ ਦੁੱਧ ਕਰ ਜਾਵੇ 22-24 ਕਿੰਨਾ ਵੀ ਕਰ ਜਾਵੇ, 10 ਕਰ ਜਾਵੇ, 5 ਕਰ ਜਾਵੇ, ਲੇਕਿਨ ਉਹ ਅਗਲੇ ਲੈਣ ਵਾਲੇ ਦੇ ਮੁਕੱਦਰ ਨੇ, ਕਿਉਂਕਿ ਪਹਿਲਾਂ ਨੇ ਜੋਏ ਦਾ ਕੱਦ ਕਾਠ ਹੈ, ਜੋਏ ਦੀ ਨਸਲ ਜ਼ਾਤ ਹੈ, 20 ਲੀਟਰ ਤੱਕ ਕੰਨ ਨਾਲ ਬੰਨੀ ਫਿਰਦੀ ਅੱਲਾ ਦੇ ਹੁਕਮ ਨਾਲ। ਇਹਨੇ ਨਹੀਂ ਦੇਣਾ ਤਾਂ ਫਿਰ ਕਿਹੜੀ ਨਸਲ ਨੇ ਦੇਣਾ। ਔਰ ਅਗਰ ਕਿਸੇ ਵੀਰ ਭਰਾ ਦੋਸਤ ਨੂੰ ਸਾਡੀ ਵੀਡੀਓ ਪਸੰਦ ਆਉਂਦੀ, ਕੋਈ ਵੀਰ ਭਰਾ ਖਰੀਦਣਾ ਚਾਹੁੰਦਾ, ਉਹ ਸਾਡਾ ਰਾਬਤਾ ਨੰਬਰ ਲੈ ਸਕਦਾ 0302-4029-695, 0302-4029-695। ਇਹੀ ਦੋਸਤੋ ਸਾਡਾ ਵਟਸਐਪ ਨੰਬਰ ਹੈ, ਇਹੀ ਦੋਸਤੋ ਸਾਡਾ ਰਾਬਤਾ ਨੰਬਰ ਹੈ। ਉਮੀਦ ਕਰਨਾ ਕਿ ਵੀਰਾਂ ਦੋਸਤਾਂ ਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਵੇਗੀ। ਔਰ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਨਾਜ਼ਮ ਨੂੰ ਦੇਣੀ ਇਜਾਜ਼ਤ। ਅੱਲਾ ਨੇ ਕਿਬਾਨ, ਪਾਕਿਸਤਾਨ ਜ਼ਿੰਦਾਬਾਦ।